प्रैग ने नवे गाने दा पोस्टर कीता शेयर। मिस पूजा दा पासवर्ड आया ऑडियंस दे सामने। टेलीविजन दी डबिंग हुई शुरू। जल्द ही आ रही हैं बॉलीवुड दिया अड़ब मुटियारा। ਸਤਿ ਸ਼੍ਰੀ ਅਕਾਲ ਜੀ, ਮੈਂ ਨੇਹਾ ਰਾਜਪੂਤ ਤੇ ਤੁਸੀਂ ਦੇਖ ਰਹੇ ਹੋ ਗੂਗਲ ਬਾਲੀਵੁੱਡ ਰੂਟੀਨ ਚੈੱਕਅਪ ਦੇ ਲੇਟੈਸਟ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਸ਼ੁਰੂਆਤ ਕਰਾਂਗੇ ਬਾਲੀਵੁੱਡ ਦੇ ਮਲਟੀ ਟੈਲੈਂਟਡ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਦੇ ਨਾਲ ਜਿਨ੍ਹਾਂ ਨੇ ਇਸੇ ਹੀ ਸਾਲ ਮਿੱਟੀ ਗਾਣੇ ਦੇ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਹੋਰ ਗਾਣੇ ਉਹ ਸਾਕੀ ਸਾਕੀ ਨੂੰ ਆਵਾਜ਼ ਵੀ ਦਿੱਤੀ ਤੇ ਜੇ ਗੱਲ ਬਾਲੀਵੁੱਡ ਦੀ ਕਰੀਏ ਤਾਂ ਪਿੱਛੇ ਜਿਹੀ ਉਹਨਾਂ ਦਾ ਇੱਕ ਸਿੰਗਲ ਟਰੈਕ ਆਇਆ ਨੈਣ ਤੇਰੀ। ਜੋ ਕਿ ਇੱਕ ਬੀਟ ਸੌਂਗ ਸੀ ਤੇ ਹੁਣ ਉਹਨਾਂ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ ਜਿਸ ਦਾ ਨਾਮ ਹੈ ਫਿਲਹਾਲ ਤੇ ਜਾਨੀ ਦੀ ਕਲਮ ਚੋਂ ਨਿਕਲੇ ਅਲਫਾਜ਼ਾਂ ਨੂੰ ਬੀ ਪ੍ਰੈਗ ਆਪਣੀ ਆਵਾਜ਼ ਤੇ ਸਾਜ਼ਾਂ ਦਾ ਰੰਗ ਦਿੰਦੇ ਹੋਏ ਨਜ਼ਰ ਆਣਗੇ ਤੇ ਬਈ ਜਿੱਥੇ ਨਾਮ ਜਾਨੀ ਤੇ ਬੀ ਪ੍ਰੈਗ ਦਾ ਆਉਂਦਾ ਹੈ ਉੱਥੇ ਅਰਵਿੰਦਰ ਖਹਿਰਾ ਕਿੱਦਾਂ ਪਿੱਛੇ ਰਹਿ ਸਕਦੇ ਹਨ। ਹੁਣ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਵੈਸੇ ਕਿ ਇਸ ਗਾਣੇ ਦਾ ਵੀਡੀਓ ਅਰਵਿੰਦਰ ਖਹਿਰਾ ਹੀ ਕਰ ਰਹੇ ਹਨ ਤੇ ਅਸੀਂ ਸ਼ੁਰੂ ਤੋਂ ਹੀ ਇਹਨਾਂ ਦੀ ਤਿਕੜੀ ਨੂੰ ਇਕੱਠੇ ਵੇਖਿਆ ਹੈ ਤੇ ਜਿੱਥੇ ਇਹਨਾਂ ਤਿੰਨਾਂ ਦਾ ਨਾਮ ਇਕੱਠੇ ਆਉਂਦਾ ਹੈ ਉੱਥੇ ਦਰਸ਼ਕਾਂ ਦੀ ਉਮੀਦ ਤੇ ਐਕਸਪੈਕਟੇਸ਼ਨ ਲੈਵਲ ਵੱਧ ਜਾਂਦਾ ਹੈ। ਸੋਹਣਿਆ, ਫਿਸ਼ ਕਟ, ਡੇਟ, ਗੁਲਾਬ, ਫੋਰਡ, ਜੀ ਹਾਂ, ਇਹਨਾਂ ਦੇ ਗਾਣਿਆਂ ਦੀ ਲਿਸਟ ਹੀ ਇੰਨੀ ਲੰਬੀ ਹੈ। ਵੈਸੇ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰ ਰਹੀ ਹਾਂ। ਮੈਂ ਗੱਲ ਕਰ ਰਹੀ ਹਾਂ ਬਾਲੀਵੁੱਡ ਦੀ ਸਿੰਗਿੰਗ ਕੁਈਨ ਮਿਸ ਪੂਜਾ ਦੀ, ਜਿਨ੍ਹਾਂ ਦੀਆਂ 300+ ਕੁਛ ਐਲਬਮਸ ਨੇ ਅਤੇ ਜਿਹਦੇ ਵਿੱਚ ਸੋਲੋ, ਧਾਰਮਿਕ, ਬੋਲੀਆਂ ਅਤੇ ਡੁਇਟ ਸੌਂਗ ਹਨ ਅਤੇ ਇਸਦੇ ਨਾਲ ਹੀ ਇਹਨਾਂ ਨੇ ਬਾਲੀਵੁੱਡ ਵਿੱਚ ਸੈਕਿੰਡ ਹੈਂਡ ਜਵਾਨੀ ਵਰਗੇ ਗਾਣੇ ਵੀ ਦਿੱਤੇ ਹਨ ਅਤੇ ਹੁਣ ਇਹਨਾਂ ਦਾ ਹਾਲ ਹੀ ਦੇ ਵਿੱਚ ਪਾਸਵਰਡ ਸੌਂਗ ਰਿਲੀਜ਼ ਹੋ ਚੁੱਕਿਆ ਹੈ ਜਿਸਦੇ ਲਿਰਿਕਸ ਲਿਖੇ ਹਨ ਜੱਗੀ ਜੈਗਵਾਲ ਨੇ ਅਤੇ ਜਿਸਦੀ ਵੀਡੀਓ ਕੀਤੀ ਹੈ ਜੱਸੀ ਧਨੋਆ ਨੇ ਅਤੇ ਇਹ ਗਾਣਾ 11 ਜੁਲਾਈ 2019 ਨੂੰ ਰਿਲੀਜ਼ ਹੋਣਾ ਸੀ ਪਰ ਕਿਸੇ ਟੈਕਨੀਕਲ ਇਸ਼ੂਜ਼ ਦੇ ਕਾਰਨ ਇਹ ਗਾਣਾ ਰਿਲੀਜ਼ ਨਹੀਂ ਹੋਇਆ ਅਤੇ ਇਸਦੀ ਸਾਰੀ ਵੀਡੀਓ ਯੂਰੋਪ ਦੇ ਵਿੱਚ ਸ਼ੂਟ ਕੀਤੀ ਗਈ ਹੈ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਮਿਸ ਪੂਜਾ ਦਾ ਪਾਸਵਰਡ ਸੌਂਗ ਕਿੰਨੇ ਕੁ ਦਰਸ਼ਕਾਂ ਦੇ ਦਿਲਾਂ ਦਾ ਪਾਸਵਰਡ ਖੋਲ੍ਹ ਪਾਉਂਦਾ ਹੈ। ਪਾਸਵਰਡ ਸਾਰੇ ਤੈਨੂੰ ਦੇ ਰੱਖੇ ਨੇ ਫਿਰ ਕਿੱਥੇ ਝੂਠੇ ਮੁੱਟਿਆ ਸੋਹਣਿਆ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ। ਯਾਰੇ, ਮੈਂ ਕੋਈ ਗਾਣਾ ਨਹੀਂ ਗਾ ਰਹੀ, ਮੈਂ ਤਾਂ ਸਿਰਫ ਤੁਹਾਨੂੰ ਦੱਸ ਰਹੀ ਹਾਂ ਕਿ ਕੁਲਵਿੰਦਰ ਬਿੱਲਾ ਅਤੇ ਮੈਂਡੀ ਟੱਕਰ ਦੀ ਇੱਕ ਫਿਲਮ ਆ ਰਹੀ ਹੈ ਟੈਲੀਵਿਜ਼ਨ। ਜੀ ਹਾਂ, ਅਤੇ ਉਹ ਤੁਹਾਨੂੰ ਇਸ ਫਿਲਮ ਦੇ ਵਿੱਚ ਦੱਸਣਗੇ ਕਿ ਟੈਲੀਵਿਜ਼ਨ ਦੇ ਵਿੱਚ ਬਾਕੀ ਹੀ ਤਸਵੀਰਾਂ ਬੋਲਦੀਆਂ ਨੇ ਅਤੇ ਇਸ ਫਿਲਮ ਦੀ ਡਬਿੰਗ ਹੋ ਚੁੱਕੀ ਹੈ ਸ਼ੁਰੂ ਅਤੇ ਇਸ ਦੀ ਜਾਣਕਾਰੀ ਸਾਨੂੰ ਮੈਂਡੀ ਟੱਕਰ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ। ਇਹ ਇੱਕ ਪੀਰੀਓਡਿਕ ਡਰਾਮਾ ਫਿਲਮ ਹੋਣ ਵਾਲੀ ਹੈ ਜਿਸ ਦੇ ਵਿੱਚ ਦਰਸਾਇਆ ਜਾਏਗਾ ਕਿ ਜਦੋਂ ਪਿੰਡਾਂ ਦੇ ਵਿੱਚ ਨਵਾਂ ਨਵਾਂ ਟੈਲੀਵਿਜ਼ਨ ਆਇਆ ਸੀ ਅਤੇ ਪਿੰਡ ਦੇ ਲੋਕਾਂ ਦਾ ਟੈਲੀਵਿਜ਼ਨ ਨੂੰ ਲੈ ਕੇ ਕੀ ਵਤੀਰਾ ਸੀ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਤਾਜ ਨੇ ਅਤੇ ਇਸ ਦੀ ਕਹਾਣੀ ਲਿਖੀ ਹੈ ਮਣੀ ਮਨਜਿੰਦਰ ਨੇ। ਜੇ ਇਸ ਫਿਲਮ ਦੇ ਡਾਇਲੋਗ ਦੀ ਗੱਲ ਕੀਤੀ ਜਾਵੇ ਤਾਂ ਰਾਜੂ ਵਰਮਾ ਨੇ ਫਿਲਮ ਦੇ ਡਾਇਲੋਗਸ ਲਿਖੇ ਹਨ ਅਤੇ ਇਸ ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਕੀਤਾ ਜਾਵੇਗਾ ਓਮ ਜੀ ਗਰੁੱਪ ਦੇ ਵੱਲੋਂ। ਬਾਕੀ ਇਹ ਫਿਲਮ ਸਾਨੂੰ ਇਸੇ ਹੀ ਸਾਲ ਦੇਖਣ ਨੂੰ ਜਲਦ ਹੀ ਮਿਲੂਗੀ। ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ। ਮੈਂ ਆਪਣੀ ਸ਼ਕਲ ਤੁਹਾਨੂੰ ਦਿਖਾ ਨਹੀਂ ਸਕਦਾ, ਜਿਹੜੀ ਮੇਰੀ ਲੁੱਕ ਹੈ ਨਾ, ਤੁਹਾਨੂੰ ਲੁੱਕ ਦੇਖ ਕੇ ਹੀ ਸਵਾਦ ਆ ਜਾਣਾ ਹੈਗਾ, ਤਾਂ ਕਰਕੇ ਮੈਂ ਆਪਣੀ ਲੁੱਕ ਨਹੀਂ ਦਿਖਾ ਰਿਹਾ। ਅਤੇ ਇੱਥੇ ਸੋਹਣੇ ਸੋਹਣੇ ਚਿਹਰੇ ਬੈਠੇ ਹੈ, ਬੜੇ ਸੋਹਣੇ ਸੋਹਣੇ ਚਿਹਰੇ ਬੈਠੇ, ਤੁਸੀਂ ਦੇਖ ਸਕਦੇ ਹੋ। ਬਾਲੀਵੁੱਡ ਇੰਡਸਟਰੀ ਦੇ ਵਿੱਚ ਆਏ ਹੀ ਦਿਨ ਨਿਤ ਨਵੀਆਂ ਫਿਲਮਾਂ ਬਣਦੀਆਂ ਅਤੇ ਅਨਾਊਂਸ ਹੁੰਦੀਆਂ ਹਨ ਅਤੇ ਇਸੇ ਹੀ ਤਰ੍ਹਾਂ ਵਾਈਟ ਹਿਲ ਸਟੂਡੀਓਜ਼ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਸ਼ੇਅਰ ਕਰਦੇ ਹੋਏ ਇੱਕ ਹੋਰ ਨਵੀਂ ਫਿਲਮ ਦੀ ਜਾਣਕਾਰੀ ਦਿੱਤੀ ਹੈ ਜਿਸ ਦਾ ਨਾਮ ਹੈ ਅੜਬ ਮੁਟਿਆਰਾਂ ਅਤੇ ਇਸ ਫਿਲਮ ਦੇ ਵਿੱਚ ਸਾਨੂੰ ਲੀਡ ਦੇ ਵਿੱਚ ਦਿਖਾਈ ਦੇਣਗੇ ਨਿੰਜਾ, ਮਹਿਰੀਨ ਪੀਰਜ਼ਾਦਾ, ਅਜੇ ਸਰਕਾਰੀਆ ਅਤੇ ਸੋਨਮ ਬਾਜਵਾ। ਜੀ ਹਾਂ, ਇਹ ਫਿਲਮ ਰਿਲੀਜ਼ ਹੋਵੇਗੀ 2 ਅਕਤੂਬਰ 2019 ਨੂੰ ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਾਨਵ ਸ਼ਾਹ ਨੇ। ਜੇ ਗੱਲ ਬਠਿੰਡੇ ਦੀ ਕੁੜੀ ਮਹਿਰੀਨ ਪੀਰਜ਼ਾਦਾ ਦੀ ਕੀਤੀ ਜਾਵੇ ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੇ ਵਿੱਚ DSP ਦੇਵ ਦੇ ਨਾਲ ਡੈਬਿਊ ਕੀਤਾ ਸੀ ਅਤੇ ਹੁਣ ਇਹ ਉਹਨਾਂ ਦੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਦੂਜੀ ਫਿਲਮ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਬਹੁਤ ਸਾਰੀਆਂ ਸਾਊਥ ਦੀਆਂ ਮੂਵੀਜ਼ ਵੀ ਕਰ ਚੁੱਕੀ ਹੈ ਅਤੇ ਜੇ ਹੁਣ ਅਸੀਂ ਗੱਲ ਇਸ ਫਿਲਮ ਦੇ ਪੋਸਟਰ ਦੀ ਕਰੀਏ ਜੋ ਕਿ ਬਹੁਤ ਹੀ ਕਿਊਟ ਜਿਹੀ ਲੁੱਕ ਦੇ ਰਿਹਾ ਹੈ ਜਿਸ ਦੇ ਵਿੱਚ ਨਿੰਜਾ ਦੇ ਸਿਰ ਉੱਪਰ ਮਹਿਰੀਨ ਪੀਰਜ਼ਾਦਾ ਅਤੇ ਅਜੇ ਸਰਕਾਰੀਆ ਦੇ ਸਿਰ ਉੱਪਰ ਸੋਨਮ ਬਾਜਵਾ ਬੈਠੇ ਹੋਏ ਦਿਖਾਈ ਦੇ ਰਹੇ ਹਨ ਜੋ ਕਿ ਸ਼ੋਅ ਕਰ ਰਿਹਾ ਹੈ ਕਿ ਇਹ ਮੁਟਿਆਰਾਂ ਵਾਕਈ ਹੀ ਬਹੁਤ ਅੜਬ ਹੋਣ ਵਾਲੀਆਂ ਨੇ। ਅਤੇ ਇਸ ਦੇ ਨਾਲ ਹੀ ਬਾਲੀਵੁੱਡ ਦੀ ਹੋਰ ਲੇਟੈਸਟ ਅਪਡੇਟ ਦੇ ਲਈ ਬਣੇ ਰਹੋ ਗੂਗਲ ਬਾਲੀਵੁੱਡ ਦੇ ਨਾਲ।